ਅਮਰੀਕਾ 'ਚ ਅਜੇ ਸਾਡੀ ਭੈਣ ਦੀ ਬਾਡੀ ਵੀ ਉੱਥੇ ਹੀ ਆ ਉਹਦੀਆਂ। ਚਲੋ ਉਹ ਤੇ ਨਹੀਂ ਵੇਖ ਰਹੀ, ਸ਼ਾਇਦ ਕਿਤੇ ਉਹਦੀ ਆਤਮਾ ਵੇਖ ਰਹੀ ਹੋਵੇ। ਉਹਦੀ ਆਤਮਾ ਵੀ ਅਗਰ ਹੋਊਗੀ ਤੇ ਉਹ ਆਪਣੀ ਬਾਡੀ ਦੇ ਨੇੜੇ ਹੀ ਹੋਊਗੀ। ਹੁਣ ਇੰਡੀਆ ਤੇ ਉਹਦੀ ਆਤਮਾ ਵੀ ਨਹੀਂ ਫਿਰ ਆਉਂਦੀ ਹੋਣੀ, ਤੇ ਉਹਦੀ ਕਮ ਸੇ ਕਮ ਉਹਦੀ ਆਤਮਾ ਉਹਨੂੰ ਵੇਖੇ ਕਿ ਹਾਂ ਮੇਰੀ ਅੱਖਾਂ ਅੱਗੇ ਇਹ ਇੱਥੇ ਜੇਲ੍ਹ 'ਚ ਜਾ ਰਹੇ। ਯੋਗੀ ਸਰਕਾਰ ਨੂੰ ਤੇ ਅਮਿਤ ਸ਼ਾਹ ਮੋਦੀ ਜੀ ਨੂੰ ਮੇਰੀ ਰਿਕੁਐਸਟ ਆ ਕਿ ਉੱਥੋਂ ਮੇਰੀਆਂ ਭੈਣ ਦੀਆਂ ਬੇਟੀਆਂ ਨੂੰ ਕਢਵਾਉਣ ਲਈ ਹੈਲਪ ਕੀਤੀ ਜਾਵੇ, ਉਹਦੀ ਬਾਡੀ ਉੱਥੋਂ ਕਢਵਾਉਣ ਲਈ ਹੈਲਪ ਕੀਤੀ ਜਾਵੇ। ਬੇਟੀਆਂ ਦੇ ਬਿਲਕੁਲ ਹੀ ਡਰੇ ਹੋਏ ਹਾਂ ਅਸੀਂ, ਰਹਿੰਦੇ ਚਾਹੇ ਯੂਪੀ ਦੀਆਂ ਲੇਕਿਨ ਹੈ ਤੇ ਪੰਜਾਬੀ ਹਾਂ, ਕਿ 4-5 ਦਿਨ ਕੋਈ ਵੀ ਮਾਮਲਾ ਚੱਲਿਆ ਉਸ ਤੋਂ ਬਾਅਦ ਆਪਣੇ ਪੰਜਾਬੀ ਇਕਦਮ ਉੱਠਦੇ ਨੇ ਤੇ ਇਕਦਮ ਬਹਿ ਜਾਂਦੇ। ਤੇ ਮੈਂ ਪੰਜਾਬੀ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਆਖੂੰਗਾ ਕਿ ਆਪਾਂ ਉੱਠ ਉੱਠ ਕਦੋਂ ਤੱਕ ਬਹਿੰਦੇ ਰਹਾਂਗੇ, ਕਦੀ ਤੇ ਆਪਾਂ ਨੂੰ ਇੱਕ ਜਗ੍ਹਾ ਖੜੇ ਹੋ ਕੇ ਲੜਨਾ ਚਾਹੀਦਾ। ਚਲੋ ਮੇਰੀ ਭੈਣ ਤੇ ਚੱਲ ਗਈ, ਐਵੇਂ ਦੇ ਇਕੱਲਾ ਮਾਮਲਾ ਨਹੀਂ ਹੈ ਕਿ ਇਹ ਲਾਸਟ ਮਾਮਲਾ ਹੈ। ਦੂਜਿਆਂ ਨੂੰ ਇਨਸਾਫ਼ ਮਿਲੇਗਾ, ਦੂਜਿਆਂ ਨੂੰ ਕਿੰਨਿਆਂ ਨੂੰ ਕੰਨ ਹੋਣਗੇ, ਕਿੰਨੀਆਂ ਬੇਟੀਆਂ ਬਚਣਗੀਆਂ। ਆਪਣੇ ਪੰਜਾਬੀਆਂ ਨੂੰ ਹੱਥ ਜੋੜ ਕੇ ਰਿਕੁਐਸਟ ਆ ਕਿ ਪਲੀਜ਼ ਇਹਨੂੰ 4-5 ਦਿਨਾਂ ਦਾ ਹੀ ਮੁੱਦਾ ਸਮਝ ਕੇ ਨਾ ਬੰਦ ਕਰਤਾ ਜਾਵੇ, ਇਹਦੀ ਲਾਸਟ ਤੱਕ ਜਾਈਏ ਆਪਾਂ। ਪਰ ਮੀਡੀਆ ਅੱਗੇ ਵੀ ਹੱਥ ਜੋੜ ਕੇ ਬੇਨਤੀ ਆ ਕਿ ਇਹਨੂੰ 4-5 ਦਿਨਾਂ ਬਾਅਦ ਨਾ ਭੁੱਲਿਆ। ਸਾਨੂੰ ਹੁਣ ਦੱਸਦੀ ਨਹੀਂ, ਇਸ ਕਰਕੇ ਨਾ ਦੱਸਦੀ ਹੋਵੇ ਕਿ ਮੈਂ ਆਪਣੇ ਘਰਦਿਆਂ ਦੇ ਡਿਸੀਜਨ ਨਾਲ ਨੀ ਖੜੀ। ਮੈਨੂੰ ਹੁਣ ਆਖਣਗੇ ਕਿ ਤੈਨੂੰ ਸਮਝਾਇਆ ਸੀ ਤੂੰ ਨਹੀਂ ਮੰਨੀ। ਜਦੋਂ ਬੇਟੀ ਹੋਈ ਉਦਣ ਤੋਂ ਬਾਅਦ ਇਹਦੀ ਵਾਇਲੈਂਸ ਬਹੁਤ ਜ਼ਿਆਦਾ ਵੱਧ ਗਈ। ਮਤਲਬ ਇੱਕ ਸਮਝ ਲਓ ਬਹੁਤ ਹੀ ਕ੍ਰਿਮੀਨਲ ਮਾਈਂਡਡ ਦਾ ਬੰਦਾ ਜਿਸ ਤਰ੍ਹਾਂ ਕਰਦਾ ਹੈ ਉਸ ਤਰ੍ਹਾਂ ਕਰਨ ਲੱਗ ਗਿਆ। ਬੇਟੀ ਹੁੰਦੀ ਹੈ ਨਾ ਮਾਰੋ ਪਾਪਾ ਨਾ ਮਾਰੋ, ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਨੇ, ਉਹ ਬੇਟੀ ਦੀ ਆਵਾਜ਼ ਆ ਰਹੀ ਹੈ। ਉਸ ਤੋਂ ਬਾਅਦ ਤੁਹਾਡੀ ਗੱਲ ਹੋਈ ਭਾਣ ਜੀ ਹੁਣਾਂ ਦੇ ਨਾਲ? ਚਲੋ ਇੱਕ ਇੰਡੀਆ 'ਚ ਇੱਕ ਅੱਧਾ ਸੀ, ਉਹ ਇੱਥੇ ਸਮਝਾਇਆ ਕਿ ਕੋਈ ਨੀ ਮੈਰਿਜ ਹੋਈ ਆ, ਮੈਰਿਜ ਤੋਂ ਬਾਅਦ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਵਾਈਫ ਤੇ ਸਹੁਰਾ ਪਰਿਵਾਰ ਨੂੰ ਬਾਹਰ ਜਾਣ ਦੀ ਕਾਹਲੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਛੇਤੀ ਪੱਕੇ ਹੋ ਜਾਈਏ। ਤੁਹਾਡੀ ਸਿਸਟਰ ਨੂੰ ਪਤਾ ਲੱਗ ਗਿਆ ਸੀ ਅਫੇਅਰ ਦਾ? ਇਸ ਘਟਨਾ ਤੋਂ ਬਾਅਦ ਸੰਪਰਕ ਹੋਇਆ ਸਹੁਰਾ ਪਰਿਵਾਰ ਦੇ ਨਾਲ? ਨਹੀਂ, ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਸੀ। ਸਾਨੂੰ ਤੇ ਕਿਸੇ ਰਿਸ਼ਤੇਦਾਰ ਨੇ ਸਾਡੇ ਨਾਲ ਤੇ ਦੁੱਖ ਵੀ ਨਹੀਂ ਸਾਂਝਾ ਕੀਤਾ, ਉਹਨਾਂ ਤੇ ਕੀ ਕਰਨਾ, ਉਹ ਤੇ ਆਪਣਾ ਸਮੇਟਣ ਚ ਗਏ। ਨਾਰਾਇਣ ਵੀਰਾਂ ਦਾ ਸੰਸਥਾ ਦਾ ਸਾਨੂੰ ਸਾਥ ਚਾਹੀਦਾ ਹੈ ਕਿ ਇਸ ਨੂੰ ਅਤਿਆਚਾਰੀ ਨੂੰ ਕੜੀ ਤੋਂ ਕੜਾ ਸਜ਼ਾ ਦਿੱਤੀ ਜਾਵੇ। ਔਰ ਜਿਹੜੀਆਂ ਬੇਟੀਆਂ ਅਤਿਆਚਾਰੀ ਕੋਲ ਨੇ, ਪਲ ਪਲ ਅਸੀਂ ਉਹੀ ਘਬਰਾਹਟ ਦੇਖ ਰਹੀ ਹੋਗੀ ਤੁਹਾਨੂੰ ਮੇਰੇ ਚਿਹਰੇ ਤੋਂ। ਮੈਨੂੰ ਇਹ ਦੱਸਿਓ ਕਿ ਹੁਣ ਚਾਹੁੰਦੇ ਕੀ ਹੋ ਤੁਸੀਂ, ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਹੋ, ਕੀ ਕੁਝ ਹੋਣਾ ਚਾਹੀਦਾ, ਕੀ ਐਕਸ਼ਨ ਹੋਣਾ ਚਾਹੀਦਾ ਲੀਗਲੀ ਤੌਰ ਤੇ? ਹਾਂਜੀ, ਅਸੀਂ ਤੇ ਇਹੀ ਚਾਹੁੰਦੇ ਹਾਂ ਕਿ ਉਸ ਬੰਦੇ ਨੇ ਸਾਡੀ ਭੈਣ ਉਹ ਸੁਸਾਈਡ ਜ਼ਰੂਰ ਕੀਤੀ ਗਈ, ਲੇਕਿਨ ਉਹ ਇਹ ਦਿਮਾਗੀ ਤੌਰ ਤੋਂ ਹੱਤਿਆਰਾ ਹੀ ਆ, ਉਹਨੂੰ ਕਮ ਸੇ ਕਮ ਫਾਂਸੀ ਦੀ ਸਜ਼ਾ ਤੇ ਹੋਣੀ ਚਾਹੀਦੀ ਹੈ। ਜੇ ਛੇਤੀ ਤੋਂ ਛੇਤੀ ਉਹਦੇ ਕੋਲੋਂ ਕੱਢੇ ਜਾਣ ਔਰ ਛੇਤੀ ਤੋਂ ਛੇਤੀ ਉਹਨੂੰ ਅਰੈਸਟ ਕੀਤਾ ਜਾਵੇ, ਮੈਂ ਇਹੀ ਮੰਗ ਕਰਦਾ। ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਕਰਮ ਸਿੰਘ। ਪੰਜਾਬ ਦੀਆਂ, ਸਾਡੇ ਭਾਰਤ ਦੀਆਂ ਬਹੁਤ ਸਾਰੀਆਂ ਅਜਿਹੀਆਂ ਧੀਆਂ ਨੇ ਜੋ ਵਿਦੇਸ਼ਾਂ ਦੇ ਵਿੱਚ ਗਈਆਂ, ਭਾਵੇਂ ਵਿਆਹ ਕਰਵਾ ਕੇ ਗਈਆਂ ਜਾਂ ਫਿਰ ਉੱਥੇ ਸਟੱਡੀ ਬੇਸਿਸ 'ਤੇ ਗਈਆਂ। ਘਰੇਲੂ ਹਿੰਸਾ ਦੇ ਮਾਮਲੇ ਬਹੁਤ ਸਾਰੇ ਸਾਹਮਣੇ ਆਉਂਦੇ ਆ, ਦੇਸ਼ ਦੇ ਵਿੱਚ ਵੀ ਸਾਹਮਣੇ ਆਉਂਦੇ ਆ, ਤਾਂ ਵਿਦੇਸ਼ ਦੀ ਧਰਤੀ ਤੋਂ ਵੀ ਬਹੁਤ ਸਾਰੀਆਂ ਤਸਵੀਰਾਂ, ਬਹੁਤ ਸਾਰੀਆਂ ਖਬਰਾਂ ਸਾਨੂੰ ਇਹੋ ਜਿਹੀਆਂ ਦੇਖਣ ਸੁਣਨ ਨੂੰ ਮਿਲਦੀਆਂ ਜਿਨ੍ਹਾਂ ਦੇ ਵਿੱਚ ਕਿਸੇ ਸਾਡੀ ਧੀ ਨੇ ਸੁਸਾਈਡ ਕਰ ਲਿਆ ਜਾਂ ਕਿਸੇ ਦਾ ਕਤਲ ਕਰ ਦਿੱਤਾ ਗਿਆ, ਇਹੋ ਜਿਹੀਆਂ ਖਬਰਾਂ ਦੇਖਣ ਨੂੰ ਮਿਲਦੀਆਂ ਨੇ। ਇੱਕ ਪੰਜਾਬਣ ਧੀ ਸਾਡੀ ਜੋ ਸੀ, ਹਾਲਾਂਕਿ ਉਹਨਾਂ ਦਾ ਪਰਿਵਾਰ ਜਿਹੜਾ ਪੂਰਾ ਹੈ ਉਹ ਯੂਪੀ ਰਹਿੰਦਾ ਹੈ, ਔਰ ਉਹ ਧੀ ਅਮੈਰੀਕਾ ਦੇ ਵਿੱਚ ਰਹਿੰਦੀ ਸੀ, ਔਰ ਸੋਸ਼ਲ ਮੀਡੀਆ 'ਤੇ ਵੀਡੀਓ ਵੀ ਬਹੁਤ ਸਾਰੇ ਵਾਇਰਲ ਹੋਏ ਕਿ ਕਿਸ ਤਰ੍ਹਾਂ ਮਨਦੀਪ ਕੌਰ ਦੇ ਪਤੀ ਨੇ ਤਸ਼ੱਦਦ ਕੀਤਾ, ਕਿਸ ਤਰ੍ਹਾਂ ਲੜਾਈ ਝਗੜਾ ਹੁੰਦਾ ਰਿਹਾ, ਔਰ ਉਸ ਪੂਰੇ ਜੋ ਵੀਡੀਓ ਸੀ ਉਸ ਪੂਰੀ ਘਟਨਾ ਦੇ ਪਿੱਛੇ ਵਜ੍ਹਾ ਕੀ ਸੀ। ਇਹਨਾਂ ਤਮਾਮ ਚੀਜ਼ਾਂ ਨੂੰ ਅਸੀਂ ਜਾਣਨ ਦੀ ਕੋਸ਼ਿਸ਼ ਕਰਾਂਗੇ। ਸਾਡੇ ਨਾਲ ਉਸ ਦੀ ਮਨਦੀਪ ਕੌਰ ਹੁਣਾਂ ਦਾ ਪਰਿਵਾਰ ਸਾਡੇ ਨਾਲ ਜੁੜ ਰਿਹਾ ਯੂਪੀ ਤੋਂ, ਲਾਈਵ ਉਹਨਾਂ ਨਾਲ ਗੱਲਬਾਤ ਕਰਾਂਗੇ। ਸੰਦੀਪ ਜੀ, ਪਹਿਲਾਂ ਤਾਂ ਮੈਂ ਇਹ ਜਾਣਨਾ ਚਾਹੂੰਗਾ ਕਿ ਬਹੁਤ ਦੁੱਖ ਦੀ ਘੜੀ ਹੈ,
पूरी घटना जरूर दस्यो। संदीप जी के बारे मैं दस दें कि उन्होंने ब्रदर ने मनदीप जी होना दे पूरी जानकारी दस्यो, पूरी घटना दस्यो कि आखिर यहोजा की होया कि मनदीप होना की मौत की खबर आती है USA तो, क्योंकि इतों बच्चे जाते हैं साढ़े परिवार जाते कि उत्थे जीवन चंगा असी बतीत करिए और खुशियां खेड़े आन साढ़े घर पर उतों मौत दी खबर आदि। हाँ जी, पर तंग परेशान मतलब कर रहे सी पहलों, थोड़ा इंडिया सी ते सास इंटरवेन कर दी सी उत्थे नहीं जाना एवें नहीं रहना, चलो छोटियां गल्लां सी उदों ये ठीक सी माड़ा मोटा कदी कह देना। ते कुड़ी परिवार दा की हुंदा है, कुड़ी वाले हमेशा झुके हुंदे, वो थोड़ा सोचते ही ने कि बेटी दा जे असीं ब्याही आ ते घर ना खराब होए, साडी बेटी चलो जिथे ब्याही आ खुश रहे, छोटिया मोटिया हर घर च गल ने ये सोच के चलो जी थोड़ा बहुत आखना कोई नहीं। उन्हें क्या फैमिली भी दो अलग होंदिया ने, थोड़ा स्टेबल होंगे टाइम लगता है। चलो जी 2.5 साल इतने रहे, बड़िया मोटिया छोटिया मोटिया गल् हुई, चलो एक दो वारी छोटी मोटी मार कटाई हो गई उस गल, चलो समझाया बेटी मान गई कोई नहीं। उस तो बाद जी इन्हों का अमरीका का हो गया, इन्हें टूरिस्ट वीजा ले लिया 10 ईयर का। चलो अं सोचा जी सास इंटरफेयर करती थी इतने, उस तो हम मतलब हसबैंड वाइफ आपे दोवे रहन गए बड़ा खुश, असि भी इस गल लैके खुश होए हूँ वधिया लाइफ साडी बेटी दिक्कत ना आएगी। लेकिन वो लाइफ वधिया बाहर जाने लोग सोचते हैं कि वधिया होगी, लेकिन वो वधिया की होनी वो इंडिया नालों भी बदतर हो, बदतर इस करके होगी कि असि दूर हो गए और उस दूरी का फायदा वो हसबैंड चुकन लग गया। माड़ी किस्मत नू हम अमरीका जाके मेरे भैन ने बेटी हो, इतो कहानी होर खराब हो, छोटिया गल्लां तों सब तो वड्डी गल हो गई कि मुंडा नहीं दे सकी। सस बहुत परेशान थे कि कुड़ियां हो गईयां एवें हो गईयां, कैवें मेरा बेटा उत्थे कमाई कर कर मर जाएगा, जो पालनियां ते कुड़ियां ही ने सौरा भी दुखी, मतलब सारा परिवार दुखी हो गया। मेरी भैन ते जिहड़े तशद्दद 30-40% सी वो सीधा डबल हो, ये बेटा नहीं दे पाई। उत्ते कहण भी लग गई, आडियो भी वायरल होंदियां ने जो भेज दियां मेरे वालों कुड़ियां मर जान खुश आ, मैनू ते कुड़ियां चंगियां नहीं लगदियां, मैनू तो मुंडा चाहीदा। चलो जी जदों इन्हें ज्यादा तशद्दद किया 2021 च, असीं एक न्यूयॉर्क रिपोर्ट वायलेंस दी डोमेस्टिक वायलेंस दी रिपोर्ट ते असीं अपनी बेटी नूं समझाया कि बहुत टाइम हो गया इस बंदे ने नहीं सुधरना, ना इहदी मम्मी डैडी सुधरना है, वे जिहड़ा अमरीका बह के नहीं टिकन देंदा बाई चांस तुसीं 10 साल बाद पक्के हो गए इंडिया आए की हाल होगा तेरी जिंदगी नरक बन गई, इस तो चंगा तू मतलब उत्थे अपना सब कुछ कर लेगी। लेडी अजकल की नहीं करदियां, सारियां आगे ने और डिवोर्स ते हुण ओह गल नहीं रह गई जिहड़ियां पुरानियां गल्लां सी कि कुड़ी ने डिवोर्स ले लिया और इन्ना ने गल्लां च ले लिया तरले कटे हाथ पैर जोड़े उहदे हसबैंड ने कि नहीं एक मौका मौका दे दे, सारे परिवार ने भी फोन किए बड़े चंगे बने महीना दो महीने की हुण ओ गल नहीं हुंदी, ओ काम नहीं हुंदा ते ओ गल्लां च आ गई, ओ गल्लां च आ गई कि शायद ओ मेरे नाल गल ना होगी हुण ओ गल्लां ते नहीं आएगा। ओ ਉਹਨੇ ਜੀ ਇਹਨਾਂ ਦੀਆਂ ਗੱਲਾਂ ਚ ਆ ਕੇ ਸਹੁਰੇ ਦੀਆਂ ਨਨਾਣ ਵੀ ਕਰਦੀ ਰਹੀ ਫੋਨ, ਨਹੀਂ ਉਹ ਗੱਲ ਕਰਦੇ ਗੱਲਾਂ ਚ ਆ ਕੇ ਉਹਨੇ ਵਾਪਸ ਲੈ ਲਿਆ। ਲੇਕਿਨ ਅਸੀਂ ਬੜਾ ਮੇਰੇ ਡੈਡ ਨੇ ਸਮਝਾਇਆ ਸੀ ਇਸ ਨੂੰ ਇਸ ਬੰਦੇ ਨੂੰ ਛੱਡ ਦੇ, ਉਹਦੀ ਵੀ ਆਡੀਓ ਵਾਇਰਲ ਹੋ ਰਹੀ ਹੈ, ਉਹ ਵੀ ਸੁਣ ਸਕਦੇ ਨੇ ਸਾਰੇ ਕਿ ਪਰਿਵਾਰ ਦੇ ਉਹੀ ਗੱਲ ਆਉਂਦੀ ਹੈ ਨਾ ਇੱਕ ਕਿ ਪਰਿਵਾਰ ਇੰਨੇ ਦਿਨਾਂ ਦਾ ਕੀ ਕਰ ਰਿਹਾ ਸੀ, ਹੁਣ ਪਰਿਵਾਰ ਨੇ ਜੋ ਕਰਨਾ ਸੀ ਪਰਿਵਾਰ ਨੇ ਕੀਤਾ,
लेकिन साड़ी हुण जदों साड़ी भैन नहीं मन्नी ते कोई एवें दा परिवार है आया कि कुड़ी कहिंदी होवे कि मैं घर वसना आ ते भरा उहदा डैडी ये आखे कि नहीं तेरा घर वसन नहीं देना, एवें दी कोई कुड़ी दी फैमिली हैगी आ कि आखण कि सिस्टर आखे कि मैं घर वसाउणा है ते ब्रदर आखे कि मैं वसन नहीं देना। जदों साडी कुड़ी आंदी थी कि मैं घर वसाउणा चाहुंनी आपणा ते असीं कहिंवें मेरा डैडी ते मैं या साडी फैमिली कहिंवें उहदा घर जाण। चलो ठीक है मौका देना चाहुंनी, समझाया जदों नहीं मन्नी कि नहीं सुधर जाएगा हुण नहीं वो काम करता। चलो फिर असीं उहदे नाल ही सैटा भाई होणा ही कि चलो जो हुण साडी धी कहिंदी आ मैं सही होएगा ते चलो मन गए असीं वी, असीं अपनी बेटी के फैसले ने नाल ही रहना। ते कि जे सानू आ पता हुंदा ना मानदे हो टाइट करदे शायद छड़ दिंदी, लेकिन वो गल्लां चाके चलो जी उन्हें गल्लां चाके केस वापस। तो 1-2 महीने निकले साहब ना हुण पता लगता है कि फिर टाइम तो ही हो गया ना, सानू तो नहीं दसदी सी, लेकिन जेड़ा इन्ना उन्हें कदम चुक्या वायलेंस होने लग गई मेरे ता ही चुक्या है, जेड़ा हुंदी रही हुंदी फिर उन्होंने आ डिसीजन लेना पिया। वो 1-2 महीनों बाद ही शुरू हो गया, लेकिन सानू हुण दसदी नहीं सी, इस करके ना दसदी हो कि मैं अपने घरदिआं दे डिसीजन ना नहीं खड़ी कि मैनू हुण आखणगे कि तेनू समझाया सी तू नहीं मन। तो साडे ना मतलब हुण इन्ना दसदी नहीं, कुछ इन्हें कॉल भी कटा दियां, डर उत्ते पाता हुण कैवें दा डर पाया यही जानदा है अच्छा इन्हें मिले डर पाता। ये दस्यो कि यूएसए जाण तो बाद किन्ने समय बाद तुहानूं इस तरह की कॉल आउंदी है जदों मनदीप कौर होणा दा तुहाडे सिस्टर दा फोन आउंदा है कि भई मैनूं तां इसे तरह ही तंग परेशान किया जा रहा है। हाईली तो 1-2 साल बाद आने लग गई, थोड़ी बहुत इन्ना नहीं परेशान करता है, लेकिन अज अद्धे टाइम तो बाद जो बेटी हुई उदन तो बाद यदि वायलेंस बहुत ज्यादा बढ़ गई। मतलब एक समझ लो बहुत ही क्रिमिनल माइंडेड बंदा जिस तरह करता है उस तरह करने बेटी होंगी है अच्छा बेटी किन्ने समय सब दी सी, कदों हुई बेटी, परिवार ने बता दी। बेटी कदों हुई, किन्ना किन्ने समय दी सी, हुण बेटी किन्ने समय दी है। बेटी साल के बाद ही हो गई सी, उत्थे जाने के बाद 3.5-4 साल बेटी। बच्चियां दा भी वीडियो संदीप भाई जिस तरह असी देख रहे सी एक वीडियो वायरल हो रहा जिहड़ा सीसीटीवी उहदे विच बच्चियां कह रही ने कि ना मारो पापा ना मारो, इस तरह दीआं गल्लां जिहड़ियां ने, उह बेटी दी आवाज़ आ रही है। उस तो बाद तुहाडी गल हुई भाणजी हुणा दे नाल। हाँ जी नहीं एक दिन गल कराई इन्हें, अज हो गए मैं लगता 3-4 दिन कि थोड़ा तरस कर जाएंगे मेरे ते कार्रवाई वगैरह ना करेंगे, क्योंकि ये तो चाह नहीं दिया हूँ इधर उधर आंदा कि होने वाला काम हो गया हूँ मेरे बच्चियां दा, हूँ बच्चियां याद आउंदियां ने उदों बच्चियां नहीं आउंदियां ही, जदों कुड़ता मारता ही उदों कोई बच्चियां नहीं याद आ रही, हूँ बच्चियां करके बचन की कोशिश कर रहा है, हूँ बच्चियां चंगी लग रही है कोई बच्चियां जिन्होंने कहता ही मेरे लो मर जान खुश हो जाए। दो बेटियां ने। हाँ जी 2 बेटियां ने, एक इंडियन इंडिया चो ही, एक अमेरिका, उसके कुछ PR उतना पासपोर्ट। ठीक है, पर इन सारिया चीज़ों को किमें देखते दे हो तुम, क्योंकि सीसीटीवी फुटेज आए, फिर एक वीडियो होर भी है जिदे जो थोड़े जिस तरह के ब्रदर इन लॉ ने वो कह रहे हैं साफ तौर पर, वो कहें कि मेरे भी सट्ट बजी है, कहें तेरे बजी है तो मेरे भी हाथ से सट्ट बजी है, कोई आपस से लड़ाई झगड़ा होंदा सी, ज़्यादा वध गया सी कलेश। नहीं आपस च लड़ाई झगड़ा, एक लेडी एक अपने हसबैंड तशद्दुद ढा सकती है, मतलब एक बंदे सामने एक लेडी की कर सकती है। नहीं जिवें वो दावा कर रहे थे ना उस वीडियो दे विच, उन्हां वल्लों कहा जा रहा है कि देखो मेरे भी हाथ ते सट वजी है ते कली तेरे नहीं वजी, घर वसाउणा है कि नहीं वसाउणा, और नाल ही वो कह रहे सी कि आ जिहड़ियां औरतां ने इन्हां दा खेड़ा छड्ड दिओ, इस तरह दीआं गल्लां, उन्हां दी पिछे दी वजह की है वो जरूर जानकारी साझा करिओ। जी वजह की अफेयर ते है ही सी, चलो एक इंडिया च एक अद्धा सी
ਇੱਥੇ ਸਮਝਾਇਆ ਕਿ ਕੋਈ ਨਹੀਂ ਮੈਰਿਜ ਹੋਈ ਆ, ਮੈਰਿਜ ਤੋਂ ਬਾਅਦ ਹੀ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਹੈ, ਵਾਈਫ ਤੇ ਨਾਲ ਰਹਿੰਦੀ ਹੈ ਉਹਨੂੰ ਤੇ ਪਤਾ ਲੱਗਣਾ ਹੀ ਆ, ਉਹ ਤੇ ਤੁਸੀਂ ਕੀ ਛੁਪਾ ਲਓ। ਲੇਕਿਨ ਇੰਡੀਆ ਚਲੋ ਜੀ ਥੋੜਾ ਬਹੁਤ ਹੋਇਆ, ਚਲੋ ਇੱਥੋਂ ਚਲ ਗਏ, ਉੱਥੇ ਜਾ ਕੇ ਹੁਣ ਤੁਹਾਨੂੰ ਦੱਸਣ ਆ ਕਿ ਸਹੁਰਾ ਪਰਿਵਾਰ ਨੂੰ ਬਾਹਰ ਜਾਣ ਦੀ ਕਾਹਲੀ ਸੀ ਕਿ ਕਿਸੇ ਨਾ ਕਿਸੇ ਤਰੀਕੇ ਛੇਤੀ ਪੱਕੇ ਹੋ ਜਾਈਏ, ਤੇ ਇੱਧਰ ਵੀ ਇਹ ਪੱਕੇ ਹੋਣ ਦੇ ਮਾਰੇ ਅਫੇਅਰ ਚੱਲਣ ਦਿਆ ਸੀ। ਹੁਣ ਇਹ ਨੀ ਮੈਨੂੰ ਪਤਾ ਕਹਿ ਸਕਦਾ ਮੈਂ, ਕਿਉਂਕਿ ਇਹ ਤੇ ਮੇਰੀ ਸਿਸਟਰ ਹੀ ਜਾਣਦੀ ਕਿ ਉਹ ਪੱਕੀ ਕੁੜੀ ਨਾਲ ਅਫੇਅਰ ਚੱਲਣ ਦਿਆ ਸੀ ਜਾਂ ਕਿੰਨਾ ਅਫੇਅਰ ਚੱਲਣ ਦਿਆ ਸੀ, ਥੋੜੀ ਪਰ ਇਸੇ ਲਈ ਮਾਇੰਡ ਨੂੰ ਟੋਰਚਰ ਕੀਤਾ ਜਾਂਦਿਆ ਸੀ ਮੇਰੀ ਸਿਸਟਰ ਨੂੰ। ਇਹ ਥੋੜੀ ਸਿਸਟਰ ਨੂੰ ਪਤਾ ਲੱਗ ਗਿਆ ਸੀ ਅਫੇਅਰ ਦਾ। ਹਾਂਜੀ, ਤਾਂ ਹੀ ਉਹ ਨਾਮ ਵੀ ਲੈ ਕੇ ਗਈ ਹੈ ਔਨ ਦਾ ਰਿਕਾਰਡ। ਠੀਕ ਹੈ, ਔਰ ਉਸ ਤੋਂ ਬਾਅਦ ਫਿਰ ਉਹਨਾਂ ਨੇ ਸੁਸਾਈਡ ਕੀਤਾ ਜਦੋਂ, ਔਰ ਬਹੁਤ ਸਾਰਾ ਫਰਸਟ੍ਰੇਟਡ ਸੀ ਜਦੋਂ, ਇੱਕ ਵੀਡੀਓ ਮੈਂ ਵੀ ਦੇਖਿਆ ਰੋਂਦਿਆਂ ਹੋਇਆਂ ਦਾ, ਜਿਹੜਾ ਉਹਨਾਂ ਦਾ ਵੀਡੀਓ ਆਇਆ, ਉਸ ਦਿਨ ਵੀ ਤੁਹਾਡੀ ਕੋਈ ਗੱਲ ਹੋਈ ਸੀ ਉਹਨਾਂ ਦੇ ਨਾਲ? ਨਹੀਂ ਜੀ, ਉਸ ਦਿਨ ਸਾਡੀ ਗੱਲ ਵੀ ਹੁੰਦੀ ਤੇ ਗੱਲ ਹੀ ਨਾ ਹੁੰਦੀ। ਉਸ ਤੋਂ ਕਿੰਨੇ ਦਿਨ ਪਹਿਲਾਂ ਸਾਡੀ ਗੱਲ ਦੇ ਹੋਈ ਸੀ? ਇੱਕ ਦੋ ਦਿਨ ਪਹਿਲਾਂ ਉਹਨੇ ਕਾਲ ਕੀਤੀ, ਉਹ ਵੀ ਥੋੜੀ ਦੇਰ ਗੱਲ ਹੋਈ, ਲੇਕਿਨ ਉਹਦੇ ਚ ਉਹਨੇ ਕੋਈ ਗੱਲ ਨਹੀਂ ਦੱਸੀ। ਜਦੋਂ ਮੈਂ ਵਿੱਚੋਂ ਕਾਲ ਕਰਦੀ ਸੀ, ਇਹ ਨਹੀਂ ਕਿ ਬਿਲਕੁਲ ਨਹੀਂ, ਲੇਕਿਨ ਘੱਟ ਕਰਦੀ ਸੀ, ਉਹਦੇ ਵਿੱਚ ਮਤਲਬ ਹੁਣ ਉਹਨੇ ਦੱਸਿਆ ਨਹੀਂ, ਪੁੱਛਣਾ ਠੀਕ ਆ, ਹਾਂ ਨਹੀਂ ਹੁਣ ਠੀਕ ਆ, ਮਤਲਬ ਡਰ ਤੇ ਹੁੰਦਾ ਹੀ ਹੈ, ਕਹਿਣਾ ਕਿ ਖੂਨ ਤੇ ਨਹੀਂ ਕੁਛ ਕਰਦਾ, ਨਹੀਂ ਨਹੀਂ ਹੁਣ ਤੇ ਠੀਕ ਆ ਬਸ ਥੋੜਾ ਬਹੁਤ, ਮਤਲਬ ਉਹਨੂੰ ਮਾਇਲੀ ਇੰਨਾ ਦਬਾ ਦਿੱਤਾ ਗਿਆ ਸੀ ਕਿ ਤੂੰ ਦੱਸਣਾ ਨੀ ਗਾ, ਤੂੰ ਐਵੇਂ ਦਾ ਹੁਣ ਕਿਹੜਾ ਪ੍ਰੈਸ਼ਰ ਪਾਇਆ ਸੀ ਹੁਣੇ। ਮੈਂ ਤੁਹਾਨੂੰ ਪਤਾ ਲੇਡੀ ਔਰ ਮੇਰੀ ਭੈਣ ਤੇ ਕੋਮਲ ਜੀ ਆਈ, ਉਹ ਤਾਂ ਉਵੇਂ ਡਰ ਜਾਂਦੀ ਸੀ, ਉਵੇਂ ਕੋਈ ਲੜਦਾ ਸੀ ਨਾ ਗਵਾਂਢੀ ਤੇ ਉਹ ਰੋ ਪੈਂਦੀ ਸੀ, ਤੇ ਹੁਣ ਕਿਹੜਾ ਉਹਨੂੰ ਕਿਹੜਾ ਟੋਰਚਰ ਕੀਤਾ ਕਿ ਘਰ ਹੀ ਨਹੀਂ ਦੱਸ, ਕਿਉਂਕਿ ਐਵੇਂ ਦਾ ਚੁੱਕਣ ਵਾਲੀ ਹੈ ਨਹੀਂ ਸੀ ਸਾਨੂੰ ਦੱਸ ਦੇਣ ਦੀ, ਪਹਿਲਾਂ ਵੀ ਦੱਸ ਚੁੱਕੀ ਸੀ ਫਿਰ ਦੱਸ ਦੇਣ ਦੀ। ਸਹੁਰੇ ਪਰਿਵਾਰ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਇਸ ਨੂੰ ਲੈ ਕੇ, ਇਸ ਜੋ ਪੂਰੀ ਘਟਨਾ ਦਰਦਨਾਕ ਘਟਨਾ ਵਾਪਰੀ ਇਸ ਨੂੰ ਲੈ ਕੇ, ਔਰ ਇਸ ਤੋਂ ਪਹਿਲਾਂ ਵੀ? ਸਹੁਰੇ ਪਰਿਵਾਰ ਨਾਲ, ਅੱਛਾ ਪਹਿਲਾਂ ਪਹਿਲਾਂ ਹਾਂਜੀ ਪਹਿਲਾਂ ਆਖਿਆ ਕਿ ਸਮਝਾਓ ਐਵੇਂ ਨਾ, ਠੀਕ ਆ ਕਰਦੇ ਆ, ਜਦੋਂ ਕਹਿਣਾ ਕਰ ਲੈਣਾ, ਉਹ ਦੋ ਚਾਰ ਦਿਨ ਨਿਕਲਨੇ ਫਿਰ ਉਹੀ ਕੰਮ, ਆਖਣਾ ਹਾਂ ਸਮਝਾਉਂਦੇ ਆ ਬਸ। ਔਰ ਉਸ ਤੋਂ ਬਾਅਦ, ਇਸ ਘਟਨਾ ਤੋਂ ਬਾਅਦ ਸੰਪਰਕ ਹੋਇਆ ਸਹੁਰਾ ਪਰਿਵਾਰ ਦੇ ਨਾਲ? ਨਹੀਂ, ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਸੀ, ਸਾਨੂੰ ਤੇ ਕਿਸੇ ਰਿਸ਼ਤੇਦਾਰ ਨੇ ਸਾਡੇ ਨਾਲ ਤੇ ਦੁੱਖ ਵੀ ਨਹੀਂ ਸਾਂਝਾ ਕੀਤਾ, ਉਹਨਾਂ ਤੇ ਕੀ ਕਰਨਾ, ਉਹ ਤੇ ਆਪਣਾ ਸਮੇਟਣ ਚ ਗਏ। ਕੋਈ ਕਿਸੇ ਤੋਂ ਫੋਨ ਕਰਵਾਇਆ ਕੋਈ ਇਸ ਮਸਲੇ ਨੂੰ ਨਿਪਟਾਇਆ ਜਾਵੇ, ਕੋਈ ਕੁਛ ਨਹੀਂ? ਬਿਲਕੁਲ ਵੀ ਨਹੀਂ। ਕੀ ਤੁਸੀਂ ਸ਼ਿਕਾਇਤ ਦਰਜ ਕਰਵਾਈ ਹੈ ਕੋਈ ਥਾਣੇ ਦੇ ਵਿੱਚ, ਕੋਈ ਜਾਣਕਾਰੀ ਦਿੱਤੀ ਹੈ ਪੁਲਿਸ ਪ੍ਰਸ਼ਾਸਨ ਨੂੰ ਇਸ ਦੀ, ਕੀ ਐਕਸ਼ਨ ਲੈਣ ਜਾ ਰਹੇ ਹੋ? ਹਾਂਜੀ ਹਾਂਜੀ, ਹਾਂ ਇੱਥੇ ਸ਼ਿਕਾਇਤ ਦਰਜ ਕੀਤੀ ਹੈ, ਬਾਕੀ ਨਿਊਯਾਰਕ ਵੀ ਅਸੀਂ ਕੋਸ਼ਿਸ਼ ਕਰਨ ਦੇ ਆ ਜਿੰਨੀ ਕਰ ਸਕਦੇ ਆ, ਬਾਕੀ ਲੇਕਿਨ NRI ਵੀਰਾਂ ਦਾ ਸੰਸਥਾ ਦਾ ਸਾਨੂੰ ਸਾਥ ਚਾਹੀਦਾ ਹੈ, ਕੇਸ ਨੂੰ ਅਤਿਆਚਾਰੀ ਨੂੰ ਕੜੀ ਤੋਂ ਕੜਾ ਸਜ਼ਾ ਦਿੱਤੀ ਜਾਵੇ, ਔਰ ਜਿਹੜੀਆਂ ਬੇਟੀਆਂ ਅਤਿਆਚਾਰੀ ਕੋਲ ਨੇ ਪਲ ਪਲ ਅਸੀਂ ਉਹੀ ਘਬਰਾਹਟ ਦੇਖ ਰਹੀ ਹੋਗੀ ਤੁਹਾਨੂੰ ਮੇਰੇ ਚਿਹਰੇ ਤੋਂ, ਪਲ ਪਲ ਇਹੀ ਸੋਚਣੇ ਆ ਕਿ ਬਸ ਬੇਟੀਆਂ ਕਿਸੇ ਤਰੀਕੇ ਨਾਲ ਉੱਤੋਂ ਕੱਢੀ ਉਹਦੇ ਕੋਲੋਂ ਕੱਢੀਆਂ ਜਾਣ, ਉਹਦੀ ਉਹ ਸਾਡੇ ਕਸਟਡੀ ਸਾਨੂੰ ਦਿੱਤੀ ਜਾਵੇ, ਕਿਉਂਕਿ ਉਹਦਾ ਅਤਿਆਚਾਰੀ ਦਾ ਕੀ ਭਰੋਸਾ ਬੱਚਿਆਂ ਨਾਲ ਕੀ ਕਰੇ, ਬੱਚੇ ਉਹਦੇ ਕੋਲ ਰਹਿਣਗੇ ਮਾਇੰਡਲੀ ਬਹੁਤ ਡਿਸਟਰਬ ਨੇ, ਪਹਿਲਾਂ ਹੀ ਬਹੁਤ ਡਿਸਟਰਬ ਹੋ ਜਾਣਗੇ ਕਿ ਕੱਲ ਚਲੋ ਬੱਚਿਆਂ ਰਹਿੰਦੇ ਨੇ ਛੋਟੇ ਬੱਚੇ ਨੇ, ਹੋਰ ਕੁਛ ਨਾ ਹੋ ਜਾਏ ਉਹ ਸਾਰੀ ਜ਼ਿੰਦਗੀ ਲਈ ਨਾ ਦਿਮਾਗੋਂ ਹੋ ਜਾਣ, ਉਹਨਾਂ ਦੀ ਜੀ ਕਸਟਡੀ ਸਾਨੂੰ ਦਿੱਤੀ ਜਾਵੇ, ਬੋਡੀ ਦੀ ਕਸਟਡੀ ਸਾਨੂੰ ਦਿੱਤੀ ਜਾਵੇ, ਸਾਰੇ ਵੀਰ ਭਰਾ ਇਸ ਲਈ ਸਾਥ ਦੇਣ, ਰਿਕੁਐਸਟ ਆ ਸਾਰੇ ਅੱਗੇ। ਤਾਂ ਕੋਸ਼ਿਸ਼ਾਂ ਹੋ ਰਹੀਆਂ ਨੇ, ਤੁਸੀਂ ਕਿਸੇ ਲੋਕਲ ਲੈਵਲ 'ਤੇ ਕਿਸੇ ਮਿਨਿਸਟਰ ਦੇ ਨਾਲ ਜਾਂ UP ਗਵਰਨਮੈਂਟ ਦੇ ਨਾਲ ਵੀ ਸੰਪਰਕ ਕਰਿਆ ਕਿ ਜੋ ਡੈੱਡ ਬੋਡੀ ਹੈ ਮਨਦੀਪ ਕੌਰ ਹੋਣਾ ਦੀ, ਉਸਨੂੰ ਕਿਵੇਂ USA ਤੋਂ ਲੈ ਕੇ ਆਉਣਾ? ਹਾਂਜੀ ਹਾਂਜੀ, ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਅਜੇ ਹੋ ਨਹੀਂ ਪਾਇਆ, ਥੋੜਾ ਪ੍ਰੋਸੀਜਰ ਤੁਹਾਨੂੰ ਪਤਾ ਹੈ ਆਊਟ ਕੰਟਰੀ ਦੀ ਗੱਲ ਹੈ, ਇੱਕਦਮ ਨਹੀਂ ਕਰ ਸਕਦੇ, ਇੰਡੀਆ ਟੂ ਇੰਡੀਆ ਹੁੰਦਾ ਤੇ ਹੋ ਜਾਂਦਾ।
कोशिश कर रहे हैं। डेड बॉडी नूं उन्होंने फ्रीजर दे विच रखवा दिता या जिवें सीगा कि अंतम संस्कार या इंडिया दे विच ही तुसीं डिमांड रखी है कि इंडिया दे विच असीं अंतम संस्कार करना बेटी दा? हाँ जी, अजे उत्थे संस्कार रुकवाया गया है, जो साडे को जानकारी है पुलिस द्वारा कि इन भी एक्शन हो रही है। कि मैनू यह दस्यो कि हुण चाहुंदे की हो तुसीं, किस तरह की कार्रवाई चाहुंदे हो, की कुछ होना चाहिए है, की एक्शन होना चाहिए लीगली तौर पर? हाँ जी, असीं तो यही चाहते हाँ कि उस बंदे ने साडी भैन सुसाइड जरूर की गई, लेकिन वो एक दिमागी तौर तो हत्यारा ही है, उन्हें कम से कम फांसी की सजा तो होनी चाहिए है। और उन्होंने बच्चों के वास्ते किसी तरीके ना बच्चे छेती तो छेती वो कढ़े जाए और छेती तो छेती उन्होंने अरेस्ट किया जाए, मैं यही मांग करना। थोड़ा कोई रिश्तेदार भी रहिंदा उत्थे नजदीक उन्हां दे? ਸਾਡੇ ਹਾਂ ਜੀ, ਇੱਕ ਦੂਰ ਦੇ ਮੇਰੇ ਪਾਪਾ ਦੇ ਫਰੈਂਡ ਨੇ, ਕੈਲੀਫੋਰਨੀਆ ਨਜ਼ਦੀਕ ਤੇ ਨਹੀਂ ਗਏ, ਬਸ ਜੋ ਥੋੜਾ ਬਹੁਤ ਸੰਪਰਕ ਉਹਨਾਂ ਨਾਲ ਹੀ ਹੋ ਰਿਹਾ। ਇਸ ਤਰ੍ਹਾਂ ਦੀਆਂ ਮੰਗਾਂ ਵੀ ਉੱਠਦੀਆਂ ਨੇ ਜਦੋਂ ਬੇਅੰਤ ਕੌਰ ਹੁਣਾਂ ਦੇ ਜੋ ਹਸਬੈਂਡ ਨੇ ਖੁਦਕੁਸ਼ੀ ਕੀਤੀ ਸੀ, ਧਨੌਲਾ ਦੇ ਰਹਿਣ ਵਾਲੇ ਸੀ, ਸ਼ਾਇਦ ਤੁਹਾਨੂੰ ਤੁਹਾਡੇ ਧਿਆਨ ਦੇ ਵਿੱਚ ਹੋਏਗਾ, ਪੰਜਾਬ ਦਾ ਇੱਕ ਕੇਸ ਸੀ, ਬਹੁਤ ਹਾਈਲਾਈਟਡ ਕੇਸ ਸੀਗਾ, ਔਰ ਡਿਪੋਰਟ ਕਰਨ ਦੀ ਮੰਗ ਉੱਠੀ ਸੀ ਕਿ ਕੁੜੀ ਨੂੰ ਡਿਪੋਰਟ ਕੀਤਾ ਜਾਵੇ, ਉਹ ਮਾਮਲਾ ਵੀ ਠੰਡੇ ਬਸਤੇ 'ਚ ਪੈ ਗਿਆ, ਔਰ ਪਰਿਵਾਰ ਦੀ ਕੀ ਅੰਡਰਸਟੈਂਡਿੰਗ ਹੋਈ ਇਹ ਪਤਾ ਨਹੀਂ, ਪਰ ਉਹ ਮਾਮਲਾ ਵੀ ਠੰਡੇ ਬਸਤੇ ਦੇ ਵਿੱਚ ਪੈ ਗਿਆ। ਪਰ ਤੁਸੀਂ ਕੀ ਡਿਮਾਂਡ ਕਰਦੇ ਹੋ, ਡਿਪੋਰਟ ਕਰਨ ਨੂੰ ਲੈ ਕੇ ਵੀ ਜਾਂ ਇਸ ਤਰ੍ਹਾਂ ਦੀ ਕੋਈ ਮੰਗ? ਮੈਂ ਤੇ ਕਿੰਨਾ ਜਿੱਥੇ ਉਹਨੇ ਜੋ ਕੀਤਾ ਹੈ ਉੱਥੇ ਹੀ ਉਹਨੂੰ ਸਜ਼ਾ ਮਿਲੇ। ਅਮਰੀਕਾ ਚ ਅਜੇ ਸਾਡੀ ਭੈਣ ਦੀ ਬਾਡੀ ਵੀ ਉੱਥੇ ਹੀ ਆ ਉਹਦੀਆਂ, ਚਲੋ ਉਹ ਤੇ ਨਹੀਂ ਵੇਖ ਰਹੀ, ਸ਼ਾਇਦ ਕਿਤੇ ਉਹਦੀ ਆਤਮਾ ਵੇਖ ਰਹੀ ਹੋਵੇ, ਉਹਦੀ ਆਤਮਾ ਵੀ ਅਗਰ ਹੋਊਗੀ ਤੇ ਉਹ ਆਪਣੀ ਬਾਡੀ ਦੇ ਨੇੜੇ ਹੀ ਹੋਊਗੀ। ਹੁਣ ਇੰਡੀਆ ਤੇ ਉਹਦੀ ਆਤਮਾ ਵੀ ਨਹੀਂ ਫਿਰ ਆਉਂਦੀ ਹੋਣੀ, ਤੇ ਉਹਦੀ ਕਮ ਸੇ ਕਮ ਉਹਦੀ ਆਤਮਾ ਉਹਨੂੰ ਵੇਖੇ ਕਿ ਹਾਂ ਮੇਰੀਆਂ ਅੱਖਾਂ ਅੱਗੇ ਇਹ ਇੱਥੇ ਜੇਲ੍ਹ ਚ ਜਾ ਰਿਹਾ। ਪਰ ਸਰਕਾਰ ਤੋਂ ਕੋਈ ਮੰਗ ਤੁਹਾਡੀ? ਪੰਜਾਬ ਸਰਕਾਰ ਵੀ ਸਾਡੀ ਕੁਛ ਇੱਕ ਲੋਕਾਂ ਨਾਲ ਗੱਲ ਹੋਈ, ਕਹਿੰਦੇ ਕਿ ਕੋਸ਼ਿਸ਼ ਹੋ ਰਹੀ ਹੈ ਹਾਇਰ ਲੈਵਲ 'ਤੇ, ਤਾਂ ਭਾਰਤ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਕੋਈ, ਜਾਂ ਬੀਜੇਪੀ ਦੀ ਗਵਰਨਮੈਂਟ ਹੈ ਜਿਵੇਂ ਉੱਤਰ ਪ੍ਰਦੇਸ਼ ਦੇ ਵਿੱਚ, ਤਾਂ ਯੂਪੀ ਗਵਰਨਮੈਂਟ ਦੇ ਨਾਲ ਕੋਈ ਰਾਬਤਾ ਕਾਇਮ ਹੋਇਆ ਤੁਹਾਡਾ? ਯੂਪੀ ਗਵਰਨਮੈਂਟ ਨਾਲ ਅਜੇ ਹੋਇਆ ਤੇ ਨਹੀਂ, ਨਿੱਜੀ ਜਿਹੜੇ ਛੋਟੇ ਤਰ ਤੇ ਆਪਣੇ ਵਿਧਾਇਕ ਵਗੈਰਾ ਹੁੰਦੇ ਨੇ, ਐਕਸ ਵਿਧਾਇਕ ਨੇ, ਘਰ ਵੀ ਆਏ ਸੀ, ਮਿਲ ਵੀ ਰਹੇ ਨੇ, ਕੋਸ਼ਿਸ਼ ਹੋ ਰਹੀ ਹੈ। ਬਾਕੀ ਯੋਗੀ ਸਰਕਾਰ ਨੂੰ ਤੇ ਅਮਿਤ ਸ਼ਾਹ ਮੋਦੀ ਜੀ ਨੂੰ ਮੇਰੀ ਰਿਕੁਐਸਟ ਆ ਕਿ ਉੱਥੋਂ ਮੇਰੀਆਂ ਭੈਣ ਦੀਆਂ ਬੇਟੀਆਂ ਨੂੰ ਕਢਵਾਉਣ ਲਈ ਹੈਲਪ ਕੀਤੀ ਜਾਵੇ, ਉਹਦੀ ਬਾਡੀ ਉੱਥੋਂ ਕਢਵਾਉਣ ਲਈ ਹੈਲਪ ਕੀਤੀ ਜਾਵੇ। ਬੇਟੀਆਂ ਦੇ ਬਿਲਕੁਲ ਹੀ ਡਰੇ ਹੋਏ ਹਾਂ ਅਸੀਂ ਕਿ ਹੁਣ ਬੱਚਿਆਂ ਦਾ ਕੀ ਹੋਏਗਾ, ਛੋਟੇ ਛੋਟੇ ਬੱਚੇ ਨੇ, ਉਹਨਾਂ ਦਾ ਕੀ ਹੋਏ, ਠੀਕ ਹੈ ਜੀ। ਬੰਦੇ ਕੋਲ ਮਾਈਂਡਲੀ ਪਤਾ ਨਹੀਂ ਕੀ ਸੋਚ ਰਹੇ ਹੋਣੇ ਆ, ਜਿਹੜੀਆਂ ਆਪਣੀ ਮੰਮੀ ਵਗੈਰਾ ਇੱਕ ਮਿੰਟ ਨਹੀਂ ਰਹਿੰਦੀਆਂ ਸੀ, ਉਹ ਉਸ ਹਤਿਆਰੇ ਕੋਲ ਨੇ ਮਿੰਟ ਮਿੰਟ ਪਤਾ ਨਹੀਂ ਕੀ ਕਰ ਰਿਹਾ ਹੋਏਗਾ, ਕਿਵੇਂ ਡਰਾ ਰਿਹਾ ਹੋਏਗਾ, ਕਿਉਂਕਿ ਬੇਟੀਆਂ ਦਾ ਬੇਟੀਆਂ ਹਥਿਆਰ ਬਣਾਉਣਾ ਚਾਹੁੰਦਾ ਨਾ, ਦੋ ਹੀ ਗੱਲਾਂ ਹੁਣ ਇੱਕ ਉਹਨੇ ਗੱਲ ਫੜ ਲਈ, ਮਾਈਂਡਲੀ ਡਿਸਟਰਬ, ਮਾਈਂਡਲੀ ਡਿਸਟਰਬ ਬੰਦਾ ਐਵੇਂ ਕਰਦਾ ਜਿਸ ਤਰ੍ਹਾਂ ਉਹ ਕਰਕੇ ਗਏ। ਇਹ ਸੋਚ ਤੇ ਵੀਰ ਜੀ ਜਿਹੜਾ ਆਪਣਾ ਤੁਸੀਂ ਚੱਲ ਰਹੇ ਹੋ, ਇਹ ਸੋਚ ਤੇ ਸਾਰੇ ਚੱਲਣਗੇ ਤੇ ਜ਼ਰੂਰ ਇਨਸਾਫ ਹੋਏਗਾ। ਪਰ ਇਹ ਮਾਮਲਾ ਐਵੇਂ ਨਹੀਂ ਹੋਣਾ ਚਾਹੀਦਾ ਜਿਸ ਤਰ੍ਹਾਂ ਅੱਜ ਤੱਕ ਆਪਣੇ ਪੰਜਾਬ ਚ ਹਰ ਮੈਟਰ ਵਹਿੰਦੇ ਆ, ਰਹਿੰਦੇ ਚਾਹੇ ਯੂਪੀ ਦੀਆਂ ਲੇਕਿਨ ਹੈ ਤੇ ਪੰਜਾਬੀ ਆ, ਕਿ 4-5 ਦਿਨ ਕੋਈ ਵੀ ਮਾਮਲਾ ਚੱਲਿਆ ਉਸ ਤੋਂ ਬਾਅਦ ਆਪਣੇ ਪੰਜਾਬੀ ਇੱਕਦਮ ਉੱਠਦੇ ਨੇ ਤੇ ਇੱਕਦਮ ਬਹਿ ਜਾਂਦੇ। ਤੇ ਮੈਂ ਪੰਜਾਬੀ ਵੀਰਾਂ ਭੈਣਾਂ ਨੂੰ ਸਾਰਿਆਂ ਨੂੰ ਆਖੂੰਗਾ ਕਿ ਆਪਾਂ ਉੱਠ ਉੱਠ ਕਦੋਂ ਤੱਕ ਬਹਿੰਦੇ ਰਹਾਂਗੇ, ਕਦੀ ਤੇ ਆਪਾਂ ਨੂੰ ਇੱਕ ਜਗ੍ਹਾ ਖੜੇ ਹੋ ਕੇ ਲੜਨਾ ਚਾਹੀਦਾ ਹੈ ਕਿ ਅੱਗੇ ਚਲੋ ਮੇਰੀ ਭੈਣ ਤੇ ਚੱਲ ਗਈ, ਐਵੇਂ ਦੇ ਇਕੱਲਾ ਮਾਮਲਾ ਨਹੀਂ ਹੈ ਕਿ ਇਹ ਲਾਸਟ ਮਾਮਲਾ ਹੈ। ਦੂਜਿਆਂ ਨੂੰ ਮੈਨ ਇਨਸਾਫ ਮਿਲੇਗਾ, ਦੂਜਿਆਂ ਨੂੰ ਕਿੰਨਿਆਂ ਨੂੰ ਕੰਨ ਹੋਣਗੇ, ਕਿੰਨੀਆਂ ਬੇਟੀਆਂ ਬਚਣਗੀਆਂ, ਕੋਈ ਹੱਥ ਲਾਉਣੋਂ ਵੀ ਸੋਚੇਗਾ? ਇਹਨੂੰ ਸਿਰਫ 4-5 ਦਿਨਾਂ ਦਾ ਮੇਰਾ ਖਾਸ ਕਰ ਇੰਨਾ ਆਈ ਵੀਰਾਂ ਭੈਣਾਂ ਭਰਾਵਾਂ ਨੂੰ ਤੇ ਆਪਣੇ ਪੰਜਾਬੀਆਂ ਨੂੰ ਹੱਥ ਜੋੜ ਕੇ ਰਿਕੁਐਸਟ ਆ ਕਿ ਪਲੀਜ਼ ਇਹਨੂੰ 4-5 ਦਿਨਾਂ ਦਾ ਹੀ ਮੁੱਦਾ ਸਮਝ ਕੇ ਨਾ ਬੰਦ ਕਰਤਾ ਜਾਵੇ, ਇਹਦੀ ਲਾਸਟ ਤੱਕ ਜਾਈਏ ਆਪਾਂ,
और मीडिया अगे भी हाथ जोड़ के बेनती है कि इन्हू चार पंजां दिनां बाद ना भुलिया जाए, बिल्कुल जो बिल्कुल तक इंसाफ नहीं मिलता संदीप इसनू जी, ना भुलिया जाए। असी तुहाडे नाल हाँ, बिल्कुल तुहाडी आवाज़ भी और जो भी सही पक्ष होएगा उसनू असी इसी तरह तुहाडे लैके आउंदे रहांगे, साडे दर्शकों तक भी तुहाडी आवाज़ भी उपर तक लैके जाण दी साडी पूरी कोशिश होएगी। और एक सवाल मेरा अखीरला सवाल है, बहुत सारे लोग जिहड़े आ उन्हां नू ये नहीं पता कि तुसी यूपी दे विच किहड़ी थां ते रहिंदे हो, ये जरूर एक बार तुसी जानकारी हाँ सांझी जी कर दिओ जी। हाँ जी, मैं जिला बिजनौर का रहने वाले हाँ। ठीक है संदीप जी, बहुत बहुत धन्यवाद साडे नाल जुड़न वास्ते भी, अपनी गल रखण वास्ते भी। तां साडी इह कोशिश सी कि मनदीप कौर जिन्हां ने सुसाइड कीता है और USA दे विच गए सी, किस तरह अपने पति उहनां दे पति वल्लों उहनां नूं परेशान कीता जा रिहा सी, तां जिवें मनदीप दे ब्रदर ने सानूं जानकारी सांझी करदिआं दस्सिआ है कि एक बेटी सी और फिर उस तों बाद दूसरी बेटी हो जांदी है, तां सहुरे परिवार की यह डिमांड सी कि मुंडा ही होना चाहिए, तो उस तो बाद उसनू मेंटली तौर पर परेशान किया जा रहा है, जिस तो बाद फिर मनदीप कौर ने सुसाइड किया। तो परिवार की यह मंग है कि जो दोषी है उसके खिलाफ सख्त तो सख्त एक्शन लिया जाए, तो डेड बॉडी जो है उसनू भी जल्दी भारत लिया जा सके ताकि परिवार उसका अंतम संस्कार कर सके। होर खबर देखते दे रहो प्रो पंजाब टीवी, सत श्री अकाल।